ਸਰ ਅਸੀਂ ਪਹਿਲਾਂ ਤਾਂ ਆਪਣਾ ਕੰਪਲੇਂਟ ਕਰਕੇ ਆਏ ਹਾਂ, ਸਾਨੂੰ ਥਰੈਟ ਕਾਲਸ ਆ ਰਹੀਆਂ ਨੇ ਮੈਨੂੰ ਅਤੇ ਪ੍ਰਿਅੰਕ ਕੁਲਵੀਰ ਨੂੰ, ਅਤੇ ਗਲੀ ਦੇ ਵਿੱਚ ਗੇੜੇ ਵੀ ਮਾਰੇ ਜਾ ਰਹੇ ਨੇ, ਬਹੁਤ ਟੈਨਸ਼ਨ 'ਚ ਆ। ਕੱਲ੍ਹ ਨੂੰ ਇਹਨੂੰ ਜਾਂ ਮੈਨੂੰ ਕੁਛ ਹੋ ਜਾਂਦਾ, ਕੌਣ ਜ਼ਿੰਮੇਵਾਰ ਇਸ ਚੀਜ਼ ਲਈ? ਉਸ ਲਈ ਅਸੀਂ ਅੱਜ ਕੰਪਲੇਂਟ ਦੇ ਕੇ ਆਏ, ਬੇਨਤੀ ਕਰਕੇ ਆਏ ਕਿ ਸਾਨੂੰ ਥੋੜ੍ਹਾ ਸੇਫ ਰੱਖਿਆ ਜਾਵੇ, ਸਕਿਉਰਿਟੀ ਦਿੱਤੀ ਜਾਵੇ। ਅੱਜ ਹੀ ਕਰਨਗੇ ਉਹ, ਹਾਂਜੀ, ਇਸ ਚੀਜ਼ ਲਈ। ਬਿਲਕੁਲ, ਬਹੁਤ ਵਧੀਆ, ਬਹੁਤ ਵਧੀਆ ਚੱਲਿਆ। ਸਿਰਫ ਇੱਕ ਸਿਕਿਉਰਿਟੀ ਨੂੰ ਲੈ ਕੇ ਥੋੜ੍ਹਾ ਜਿਹਾ ਇਨਸਕਿਓਰ ਹੈਗੇ ਹਾਂ ਕਿ ਸਾਨੂੰ ਮਿਲ ਜਾਂਦੀ ਤਾਂ ਬਹੁਤ ਵਧੀਆ ਗੱਲ ਹੈ। ਇਹ ਮੇਰੀ ਹੈਲਪ ਕਰ ਰਿਹਾ, ਚਲੋ ਮੈਨੂੰ ਲੱਗਦਾ ਕਿ ਇਹਨੂੰ ਨਾ ਕੁਛ ਹੋ ਜੇ, ਹੈ ਨਾ। ਹਾਂਜੀ ਸਰ, ਬਿਲਕੁਲ, ਅਸੀਂ 11 ਆਏ ਅੱਜ। ਇਹੀ ਉਹਨਾਂ ਨੇ ਦੱਸਿਆ ਕਿ ਜਿਹੜੇ ਐਵੀਡੈਂਸ ਸੀ ਸਾਰੇ ਇਹਨਾਂ ਨੇ ਆਪਣਾ, ਜਿੰਨੇ ਸਬੂਤ ਸੀ ਸਾਰੇ ADCP ਤੇਜਾ ਸਾਹਿਬ ਨੂੰ ਦੇਤੇ ਆ, ਉਹ ਗੱਲ ਘੁਮਾਈ ਜਾਂਦੇ ਆ ਬੈਂਸ ਹੋਣੀ ਕਿ ਚੈਟ ਝੂਠੀ ਹੈ। ਚੈਟ ਕਿੱਦਾਂ ਝੂਠੀ ਹੋ ਜਾਏਗੀ? ਨੰਬਰ ਉੱਪਰ ਹੈ ਚੈਟ ਫੋਨ 'ਚ, ਕਿੱਦਾਂ ਝੂਠੀ ਹੋ ਜਾਏਗੀ? ਪਹਿਲਾਂ ਕੇਸ ਦੁਨੀਆਂ 'ਚ ਬੈਠੇ ਲੋਕ ਦੇਖਦੇ ਪਏ ਨੇ, ਨਾ ਦੇ ਹੱਸਦੇ ਪਏ ਨੇ, ਨਾ ਦੇ ਮਜ਼ਾਕ ਉਡਾਉਂਦੇ ਪਏ ਨੇ ਬੈਂਸ ਦਾ, ਵੀ ਜਾਂ ਤੂੰ ਬੇਵਾਕੂਫ ਹੈ ਜਾਂ ਦੁਨੀਆਂ ਬੇਵਾਕੂਫ ਹੈ। ਕਿਹੜਾ ਸੋਫਟਵੇਅਰ ਹੈ ਜਿਹੜਾ ਸਿਰਫ ਇਹਨਾਂ ਦੇ ਮੋਬਾਈਲ 'ਚ ਚੱਲਦਾ ਜਾਂ ਇਹਨਾਂ ਨੂੰ ਹੀ ਲੱਭਿਆ? ਹੋਰ ਕਿਸੇ ਕੋਲ ਹੈ ਨਹੀਂ। ਉਹ ਛੋਟਾ ਹਾਥੀ ਸੰਨੀ ਕਹਿੰਦਾ, ਇਹਨਾਂ ਦੀ ਗਲੀ 'ਚ ਗੇੜੇ ਮਾਰਦਾ, ਬਦਮਾਸ਼ ਬਣਿਆ ਫਿਰਦਾ, ਉਹਨੂੰ ਸ਼ਰਮ ਹੈ ਨਹੀਂ? ਇੰਨੀ ਗੰਦੀ ਅਤੇ ਭੱਦੀ ਲੈਂਗੁਏਜ ਯੂਜ਼ ਕਰਦਾ ਉਹ ਇਹਨਾਂ ਦੇ ਖਿਲਾਫ, ਉਹਨੂੰ ਕੁਛ ਤੇਰੀ ਮਾਂ ਭੈਣ ਹੈ ਨਹੀਂ ਘਰੇ, ਤੈਨੂੰ ਸ਼ਰਮ ਹੈ ਨਹੀਂ? ਤੂੰ ਕੀ ਕਰਦਾ ਪਿਆ? ਸੋ ਇਹਨੇ ਇਹਦਾ ਗੋਲਡੀ ਅਨੇਜਾ ਦੇ ਖਿਲਾਫ ਤਾਂ ਦੇ ਹੀ ਦਿੱਤੀ ਹੋਈ ਹੈ ਰਿਪੋਰਟ। ਵੈਸੇ ਇਹਨੂੰ ਕੋਈ ਬੰਦਿਆਂ ਵਾਂਗੂ ਸੁਧਰ ਕੇ ਰਵੇ, ਜਦੋਂ ਉਹਨੂੰ ਸੱਚਾਈ ਨਹੀਂ ਪਤਾ। ਜਿਸ ਦਿਨ ਸੱਚਾਈ ਸਾਹਮਣੇ ਆਉਣੀ ਹੈ, ਉਸ ਦਿਨ ਸਾਰੇ ਦੀਆਂ ਅੱਖਾਂ